ਜੇ ਅੱਜ ਤੁਸੀਂ ਪੰਜਾਬੀ ਇੰਡਸਟਰੀ ਦੇ ਵਿੱਚ ਜਗਦੀਪ ਰੰਧਾਵੇ ਨੂੰ ਜਾਣਦੇ ਨਾ ਤਾਂ ਮੇਰੇ ਕਰਕੇ ਜਾਣਦੇ ਆ। ਇਸ ਗੱਲ ਦਾ ਸਬੂਤ ਰੰ ਜਗਦੀਪ ਰੰਧਾਵੇ ਨੂੰ ਮੈਂ ਦੇ ਸਕਦਾ ਕਿ ਲੰਡੂ ਕਲਾਕਾਰ ਟ੍ਰੋਲ ਪੇਜ ਤੇ ਜਗਦੀਪ ਰੰਧਾਵਾ ਸਾਹਿਬ ਤੁਸੀਂ ਵੀਡੀਓ ਭੇਜ ਦਿੰਦੇ ਸੀ ਤੇ ਤੁਹਾਡੀਆਂ ਸ਼ੁਰੂ ਚ ਅਸੀਂ ਵੀਡੀਓ ਪਾਉਂਦੇ ਹੁੰਦੇ ਸੀ ਜਦੋਂ ਤੁਸੀਂ ਅਮਰੀਕਾ ਤੇ ਦੁਨੀਆਦਾਰੀਆਂ ਦੀਆਂ ਬਹੁਤ ਸੋਹਣੀਆਂ ਗੱਲਾਂ ਕਰਦੇ ਹੁੰਦੇ ਸੀ। ਇਸ ਦਾ ਗਵਾਹ ਰਗਵੀਰ ਸਿੰਘ ਭੌਰਵਾਲ ਕੈਨੇਡਾ ਵਾਲਾ, ਯੋਧਵੀਰ ਸਿੰਘ ਯੋਦਾ ਜੌਨਸਨ ਅਮਰੀਕਾ ਵਾਲਾ ਭਾਊ ਤੇ ਹਰਜੋਤ ਸੰਧੂ ਆਪਣੇ ਹਾਲੈਂਡ ਤੋਂ ਰੇਡੀਓ ਸੱਚ ਦੀ ਗੂੰਜ ਵਾਲੇ ਬਾਈ ਤੇ ਹੋਰ ਬਾਈ ਕਾਫੀ ਆ ਜਿਨ੍ਹਾਂ ਨੂੰ ਪਤਾ ਕਿ ਜਗਦੀਪ ਰੰਧਾਵੇ ਨੂੰ ਫੇਮਸ ਕਰਨੇ ਵਾਲਾ ਮੈਂ ਆ ਪਰ ਰੰਧਾਵਾ ਸਾਹਿਬ ਤੁਸੀਂ ਬਹੁਤ ਮਤਲਬੀ ਨਿਕਲੇ ਜਦੋਂ ਮੈਨੂੰ ਲੋਡ ਪਈ ਸੀ ਤੇ ਮੋਰੋ ਆਪੇ ਮੈਸੇਜ ਕਰਤਾ ਕਿ ਭਾਜੀ ਹੁਣੇ ਤਾਂ ਸ਼ੋਅ ਤੇ ਗਏ ਆ ਤੇ ਮੈਂ ਉਹਦਾ ਮੈਨੇਜਰ ਆ ਮਤਲਬੀ ਨਾ ਬਣੋ ਰੰਧਾਵਾ ਸਾਹਿਬ ਮਤਲਬੀ ਨਾ ਬਣੋ ਸੁਰੰਧਾਵਾ ਸਾਹਿਬ ਜਾਂਦਾ ਜਾਂਦਾ ਤੁਹਾਨੂੰ ਇੱਕ ਹੋਰ ਜਾਣਕਾਰੀ ਦੇ ਦਵਾਂ ਯਾਦ ਹੋਣਾ ਤੁਹਾਡੇ ਕੋਲ ਇੱਕ ਜਰਮਨ ਦਾ ਵਟਸਐਪ ਨੰਬਰ ਹੁੰਦਾ ਸੀਗਾ ਜੇ ਤੇ ਤੁਸੀਂ ਕਹਿੰਦੇ ਹੁੰਦੇ ਸੀ ਮੇਰਾ ਵੀਜ਼ਾ ਲਵਾ ਦਿਓ ਮੈਨੂੰ ਵੀ ਜਰਮਨ ਘੁਮਾ ਦਿਓ ਤੁਹਾਨੂੰ ਯਾਦ ਹੋਣਾ ਕਿ ਮੈਂ ਤੁਹਾਨੂੰ ਕਹਿੰਦਾ ਹੁੰਦਾ ਸੀ ਬਾਈ ਜੀ ਇੰਨਾ ਸੌਖਾ ਨਹੀਂ ਇੱਥੇ ਤੁਹਾਨੂੰ ਟੂਰਿਸਟ ਵੇਚ ਤੇ ਮਗਾਣਾ ਤੇ ਲੰਡੂ ਕਲਾਕਾਰ ਪੇਜ ਤਾਂ ਤੁਹਾਡੇ ਦਿਮਾਗ 'ਚ ਸ਼ੁਰੂ ਤੋਂ ਹੀ ਆ ਜਦੋਂ ਤੁਹਾਡੀ ਕੋਈ ਨਹੀਂ ਬਾਹ ਫੜਦਾ ਸੀਗਾ ਤੁਸੀਂ ਲੰਡੂ ਕਲਾਕਾਰ ਟ੍ਰੋਲ ਤੇ ਹੀ ਆਪਣੀ ਵੀਡੀਓ ਭੇਜਦੇ ਹੁੰਦੇ ਸੀ ਤੁਹਾਨੂੰ ਵੀ ਪਤਾ ਆ ਤੇ ਤੁਹਾਨੂੰ ਕਿੰਨੀ ਫ੍ਰੀ ਦੇ ਵਿੱਚ ਪਬਲਿਸਿਟੀ ਦਿੱਤੀ ਜਾਂ ਤੁਹਾਨੂੰ ਉਹ ਵੀ ਪਤਾ ਹੈ ਇਸ ਦਾ ਗਵਾਹ ਭੌਰਵਾਲ 14 ਆਪਣੇ ਇਧਰੋਂ ਸੰਦੂ ਸਾਹ ਤੇ ਪੰਜਾਬੀ ਪੈਰਸ ਪੇਜ ਵਾਲੇ ਯਾਦਵਿੰਦਰ ਤੇ ਬਾਜਵੇ ਹਣ ਤੁਹਾਨੂੰ ਪਤਾ ਹੋਣਾ ਬਾਜਬਾਦ ਯਾਦਵਿੰਦਰ ਕੌਣ ਹਨ ਉਹਨਾਂ ਨੂੰ ਵੀ ਪਤਾ ਕਿ ਤੁਹਾਨੂੰ ਚਾਹੇ ਤੁਹਾਡਾ ਜਨਾ ਨਾ ਪੰਜਾਬੀ ਇੰਡਸਟਰੀ 'ਚ ਇਸ ਇਨਸਾਨ ਕਰਕੇ ਆ ਪਰ ਤੁਸੀਂ ਬਹੁਤ ਮਤਲਬ ਹੀ ਨਿਕਲੇ ਰੰਧਾਵਾ ਸਾਹਿਬ ਬਹੁਤ ਮਤਲਬੀ